मेरे पैरां च घुंगरू पुआ दे। ना, मेरे पैरां च किसे दियां जराबां पुआ दे। ਜੋ ਸਭ ਤੁਹਾਡੇ ਵਰਗੇ ਬੰਦਾ ਨਾ ਕਰਜੋ ਹੀ ਹੁੰਦਾ ਤੇ ਸਾਲਿਆਂ ਕੋਲ ਗਾਲਾਂ ਖਾ ਕੇ ਬਾਹਰ ਐਵੇਂ ਹਰ ਇੱਕ ਹੱਥੀ ਪੈਣ ਡਿਆ। ਸਮਝ ਲੱਗਾ ਤੂੰ? ਮੈਨੇ ਹਰ ਕਾਂਟਾ ਤੇਰੀ ਰਾਹ ਕਾ ਪਲਕੋਂ ਸੇ ਚੁਣਾ। ਗਾਓ ਇਹਨੂੰ ਗਾਓ। ਗਾਈ ਰਿਹਾ ਹੁਣ ਮੈਂ ਤੁਹਾਨੂੰ ਖਬਰਾਂ ਸੁਣਾਉਣ ਡਿਆ ਤੁਹਾਨੂੰ। ਕੰਨੀ ਕੇਸਰੀ ਕਿਸੇ ਕੋ ਮੰਗਵਾ ਦੇ ਤੇ ਫੇਰ ਮੇਰੀ ਟੋਰ ਵੇਖ ਲੈ। ਘੁੰਗਰੂ ਵੀ ਹੈ ਨਹੀਂ, ਚੁੰਨੀ ਵੀ ਹੈ ਨਹੀਂ, ਸਾਲਿਆ ਇਕੱਲਾ ਹੀ ਨਿਕਲ ਪਿਆ ਘਰੋਂ। ओ शख्स मेरे खून च विस कोल खड़िया लो जी आगा जी जी, एक गल तो दसो, पूछो सर, तुहाडे नजदीक वड्डा और अच्छा एक्टर कौन होंदा? सर देखो, वड्डा छोटा एक्टर तो एक्टर ही, ठीक है ना जी। ते तुहाडे तो बेहतर कोई भी नहीं समझ सकता। मैं समझदा तुसीं राइटर, डायरेक्टर, प्रोड्यूसर, आर्टिस्ट बहुत छे हो। वड्डा एक्टर तो उही है जिहनूं काम आंदा, जिहनूं जो रोल मिलिया उहनूं उह रोल दी नफसियात नूं समझे कि भी इहनूं इहनूं करना किस तरह, इहदे च किस तरह खुभ के ਉਹ ਲੱਗੇ ਕਿ ਵਾਕਈ ਉਹ ਹੀ ਹੈ। ਹਾਂ, ਜੋ ਫਿਕਰੇ ਕਹਿ ਰਹੇ ਨੇ ਉਹੀ ਉਹਦੀ ਬਾਡੀ ਵੀ ਕਹਿ ਰਹੀ ਹੋਵੇ, ਬਾਡੀ ਲੈਂਗੁਏਜ ਉਹਦੀ ਉਂਝ ਦੀ ਹੋਣੀ ਚਾਹੀਦੀ। ਇਹ ਨਾ ਹੋਵੇ ਕਿ ਬੰਦਾ ਡਾਇਲੌਗ ਕੁਛ ਹੋਰ ਹੈ ਤੇ ਬੰਦੇ ਦਾ ਮੂੰਹ ਕੁਛ ਹੋਰ ਕਹਿ ਰਿਹਾ। ਨਹੀਂ ਨਹੀਂ, ਅੱਛਾ ਇੰਜ ਦੇ ਵੀ ਐਕਟਰ ਹੁੰਦੇ ਨੇ ਵੈਸੇ ਨਾ, ਕਿ ਜਿਹਨਾਂ ਦੀ ਸ਼ਕਲ ਹੋਰ ਕੁਛ ਕਹਿ ਰਹੀ ਹੁੰਦੀ ਹੈ ਤੇ ਪੈਰ ਕੁਛ ਹੋਰ ਕਹਿ ਰਿਹਾ ਹੁੰਦਾ। ਹਾਂਜੀ ਹਾਂਜੀ, ਕਿਸੇ ਨਾਲ ਕੋਈ ਸ਼ਹਿਰ ਨਹੀਂ ਰਲ ਰਹੀ ਹੁੰਦੀ। ਹਾਂਜੀ, ਤੇ ਜਦੋਂ ਇੰਟਰਵਿਊ ਦਿੰਦੇ ਨੇ ਕਹਿੰਦੇ ਕਿ ਸਾਡੇ ਵਰਗਾ ਹੈ ਹੀ ਕੋਈ ਨਹੀਂ। ਹੈ ਹੀ ਕੋਈ, ਇਸ ਤਰ੍ਹਾਂ ਐਕਟਰ ਤੇ ਐਕਟਰ ਹੀ। ਲੇਕਿਨ ਸ਼ੇਕਸਪੀਅਰ ਸਾਹਿਬ ਜਿਹੜੇ ਨੇ ਜੀ, ਉਹਨਾਂ ਨੇ ਆਪਣੀ ਕਿਤਾਬ ਦੇ ਪਹਿਲੇ ਸਫ਼ੇ ਤੇ ਲਿਖਿਆ ਕਿ ਵੱਡਾ ਐਕਟਰ ਉਹ ਹੁੰਦਾ ਜਿਹੜਾ ਅੱਛਾ ਇਨਸਾਨ ਹੋਏਗਾ। ਵਾਹ ਵਾਹ, ਲਿਖਣਾ ਇਹ ਤੇ ਸ਼ੇਕਸਪੀਅਰ ਦੀ ਕਿਤਾਬ ਨੇ ਜਿਹੜੀ ਆਰਟ ਦੀ ਬੁੱਕ ਹੈ ਨਾ ਜੀ, ਉਹਦੇ ਪਹਿਲੇ ਸਫ਼ੇ ਤੇ ਲਿਖਿਆ ਇਹ ਤੇ ਬੜੀ ਬਾਤ ਕਿ ਵੱਡਾ ਐਕਟਰ ਹੋਏਗਾ ਜਿਹੜਾ ਅੱਛਾ ਇਨਸਾਨ ਹੋਏਗਾ। ਗੱਲ ਸੱਚੀ ਨਹੀਂ ਕਿਉਂ ਜੀ? ਤੁਹਾਡੇ ਤਜਰਬੇ 'ਚ ਬੇਸ਼ੁਮਾਰ ਐਸੀ ਗੱਲ ਆਈ ਹੋਣੀ, ਜਿਹੜਾ ਵੱਡਾ ਐਕਟਰ ਬਣ ਜਾਂਦਾ ਉਹ ਅੱਛਾ ਇਨਸਾਨ ਨਹੀਂ ਹੁੰਦਾ, ਸ਼ਹੀਦ ਹੋ ਜਾਂਦਾ। ਇਹ ਸ਼ੇਕਸਪੀਅਰ ਸਾਹਿਬ ਨੇ ਕਿਹਾ ਤੇ ਗੱਲ ਸਹੀ ਇਹ ਨਹੀਂ ਸੀ। ਨਹੀਂ, ਸ਼ੇਕਸਪੀਅਰ ਸਾਹਿਬ ਨੇ ਸ਼ਾਇਦ ਫਰੀਦ ਹੁੰਦੇ ਨੇ ਬੜੇ, ਕਈ ਸ਼ੇਕਸਪੀਅਰ ਸਾਹਿਬ ਨੇ ਸ਼ਾਇਦ ਗੋਰਿਆਂ ਵਾਸਤੇ ਕਿਹਾ ਹੋਵੇ ਸਾਡੇ ਹੱਥੇ ਨਾ ਕਿਹਾ ਹੋਵੇ। ਹਾਂ, ਤੁਹਾਨੂੰ ਕੀ ਸਾਨੂੰ ਕੀ ਕਿਹਾ ਉਹਨਾਂ ਨੇ, ਲੇਕਿਨ ਇਹ ਵੀ ਤੁਸੀਂ ਤੁਹਾਡੇ ਆਮ ਤਜਰਬੇ 'ਚ ਗੱਲ ਹੈ ਕਿ ਜਿਹੜਾ ਵੱਡਾ ਐਕਟਰ ਮਿਸਾਲ ਤੌਰ 'ਤੇ ਉਹਦਾ ਬਿਹੇਵੀਅਰ ਅੱਛਾ ਨਹੀਂ ਰਿਹਾ, ਮੈਂ ਤੁਹਾਨੂੰ ਕਈ ਮਿਸਾਲਾਂ ਦੇ ਸਕਦਾ। ਨਹੀਂ, ਤੁਸੀਂ ਨਹੀਂ ਦੇਣੀ ਮਿਸਾਲ, ਕਿਸੇ ਨੇ ਨਹੀਂ ਦੇਣੀ। ਬਿਲਕੁਲ, ਤੁਸੀਂ ਨਾ ਇਸ ਤਰ੍ਹਾਂ ਸਮਝਣਾ ਕਿ ਤੁਹਾਡਾ ਆਰਟ ਨਾਲ ਤੱਲਕ ਹੀ ਕੋਈ। ਲੇਕਿਨ ਜਿਹੜੇ ਉਸਾ ਜੀ ਟੀਚਰ ਲੋਕ, ਅੱਛਾ ਇਕਬਾਲ ਨਾਂ ਦੇ ਬੰਦੇ ਸਾਰੇ ਇਹਦੇ ਹੀ ਹੁੰਦੇ ਨੇ। ਆਹੋ, ਜਦੀਦ ਤਬੀਅਤ ਸਭ ਤੋਂ ਯਾਰ, ਮੈਂ ਗੱਲ ਤਜਰਬੇ ਸੇ ਜੈਨੂਨ ਗੱਲ ਕਰ ਰਿਹਾ, ਦੇਖ ਲਓ ਤੁਸੀਂ। ਹਾਂ ਹਾਂ, ਕਬ ਦੇਖ ਲਿਆ ਸੀ ਆਪਣੀ ਉਮਰ ਨਾਲ ਵੀ ਹੁੰਦਾ। ਨਹੀਂ, ਆਰਟਿਸਟ ਹੈ ਮਿਰਜ਼ਾ ਸਾਹਿਬ, ਵੱਡੇ ਆਰਟਿਸਟ ਹੈ, ਵੱਡਾ ਆਰਟਿਸਟ ਤਾਂ ਵੱਡੇ ਨੇ, ਇਹ ਨਹੀਂ ਕਹਿਣਾ। ਮੈਂ ਆਪਣੇ ਆਪ ਨੂੰ ਵੱਡਾ ਨਹੀਂ ਕਹਿੰਦਾ। ਆਹੋ, ਲੇਕਿਨ ਉਹ ਦੇਖੋ, ਚੀਜ਼ ਦੁਨੀਆ ਦੇ ਸਾਹਮਣੇ ਨਾ ਆ ਸਕੀ, ਥੀਏਟਰ ਇੰਡਸਟਰੀ। ਸਹੀ ਕਹਿ ਰਹੇ, ਤੁਹਾਡੀ ਗੱਲ ਬਿਲਕੁਲ ਬੁਝਾ ਹੈ। ਅੱਛਾ, ਤੁਸੀਂ ਦੱਸੋ ਮੈਨੂੰ ਕਿ ਜਿਹੜਾ ਸਹੀ ਕਮੇਡੀਅਨ ਹੁੰਦਾ, ਅੱਛਾ ਕਮੇਡੀਅਨ ਹੁੰਦਾ, ਉਹ 'ਚ ਕਿਹੜੀ ਕਿਹੜੀ ਕੁਆਲਿਟੀ ਹੋਣੀ ਚਾਹੀਦੀ? ਦੇਖੋ ਜੀ, ਅੱਛੇ ਕਮੇਡੀਅਨ ਦੇ ਵਿੱਚ ਕੁਆਲਿਟੀ ਸਿਰਫ ਇੱਕ ਹੋਣੀ ਚਾਹੀਦੀ ਹੈ। ਮੈਂ ਪਤਾ ਕੀ ਸਮਝਣਾ, ਮੈਂ ਇੱਕ ਇੰਟਰਵਿਊ 'ਤੇ ਜੇ ਗੱਲ ਕੀਤੀ ਕਿ ਕੁਛ ਐਕਟਰ ਹੁੰਦੇ ਜਿਹੜੇ ਬੜੇ ਟੈਲੈਂਟਡ ਹੁੰਦੇ ਨੇ, ਕੁਛ ਹੁੰਦੇ ਜਿਹੜੇ ਘੱਟ ਟੈਲੈਂਟਡ ਹੁੰਦੇ ਨੇ, ਲੇਕਿਨ ਗੱਲ ਕਿੱਥੇ ਹੁੰਦੀ ਹੈ? ਕਰਮ 'ਤੇ, ਕਿ ਵੀ ਮਾਨਾ ਚੰਦ ਜਿਹੜਾ ਨਾ, ਠੀਕ ਹੈ, ਇਹ ਕੁਛ ਵੀ ਨਹੀਂ ਹੈਗੇ, ਲੇਕਿਨ ਇਹਨਾਂ 'ਤੇ ਕਰਮ ਬੜਾ ਹੈ। ਗੱਲ ਸਮਝ ਰਹੇ ਹੋ ਕਿ ਬਈ ਇਹ ਗੱਲ ਇਹ ਵੀ ਕਿ ਕਰਮ ਦੀ ਗੱਲ ਹੈ, ਜਿਹਦੇ 'ਤੇ ਲਾਈਟ ਪੈ ਜਾਏ ਉਹ ਐਕਟਰ ਹੈ ਵੱਡਾ। ਨਹੀਂ, ਕਰਮ ਤਾਂ ਸਾਰਿਆਂ 'ਤੇ। ਸਨੀ ਦੇਵਲ, ਸਨੀ ਦੇਵਲ ਮੈਨੂੰ ਬਿਲਕੁਲ ਨਹੀਂ ਪਸੰਦ। ਸੈਫ ਖਾਨ ਜਿਹੜਾ, ਸੈਫ ਅਲੀ ਖਾਨ ਮੈਨੂੰ ਬਿਲਕੁਲ ਨਹੀਂ ਐਕਟਰ ਲੱਗਦਾ। ਉਹ ਅਭਿਸ਼ੇਕ ਬੱਚਨ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਦਾ, ਯਾਨੀ ਕਿ ਮਾੜੇ ਐਕਟਰ ਨੇ ਉਹ। ਇਹ ਤਾਂ ਮਤਲਬ ਬੰਬੇ ਬੰਦ ਕਰ ਦੇਣਾ ਚਾਹੀਦਾ। ਲੇਕਿਨ ਤੁਸੀਂ ਦੇਖੋ ਨਾ, ਉਹ ਹਿੱਟ ਨੇ, ਉਹ ਸੁਪਰ ਸਟਾਰ ਨੇ,
ਗੱਲ ਮੇਰੀ ਗੱਲ ਮੈਂ ਗੱਲ ਕਰਨੀ ਚਾਹ ਰਿਹਾ ਕਿ ਉਹ ਸੁਪਰ ਸਟਾਰ ਨੇ ਲੇਕਿਨ ਐਕਟਰ ਅੱਛੇ ਨਹੀਂ ਹੈਗੇ ਲੇਕਿਨ ਫਿਰ ਵੀ ਸੁਪਰ ਸਟਾਰ ਨੇ बेड़े पार ने वरना वैसे गल अपना इख्तलाफ भी नहीं किया जा सकता है साहब कि बड़े बड़े वड्डे काम करने वाले लोग भी होंगे ने लेकिन जो करम नहीं ना आता तो वह नजर भी नहीं आते सब तो वड्डी गल कि अच्छा आर्टिस्ट और वड्डा स्टार की होंदा है और किस तरह का होंदा है सब तो वड्डी गल है कि बंदा आर्टिस्ट उदो हुंदा है जदों के पहले अच्छा इंसान होवे जुमेला दिन होवे और उहदे विच इह है कि मतलब बंदा जिहड़ा एक दूसरे नूं पहचाने जाने जिहड़ी करम दी गल आ उह ते करम ते करम ही है पछाणे मतलब कि अचानक मिल के कहो ओए मिर्ज़ा साहब तुसीं इस तरह नहीं मेरा मतलब कि पछाणे उहनूं कि ओह वैरी गुड यार जिवें घरों निकलिया उवें बाहर भी उस तरह ही होवे जदों अपने काम चल रहे बीवी को छत्तर खा के निकलिया बाहर भी छत्तर खा लिया ਤੁਸੀਂ ਮੇਰੀ ਗੱਲ ਦਾ ਮਕਸਦ ਨਹੀਂ ਸਮਝ ਬਾਹਰ ਮਾਂ ਨੇ ਚਿਮਟਾ ਅੰਦਰ ਚਿਮਟਾ ਮਾਰਿਆ ਮਕਸਦ ਹੈ ਗੱਲ ਸਮਝ ਨਹੀਂ ਰਹੇ ਜੀ ਗੱਲ ਪਤਾ ਕੀ ਹੈ ਆਪਣਾ ਆਗਾ ਸਾਹਿਬ ਗੱਲ ਦਾ ਲੌਜੀਕ ਤੇ ਹੋਣਾ ਚਾਹੀਦਾ ਨਾ ਜਿਹੜੀ ਗੱਲ ਸ਼ੁਰੂ ਕਰ ਰਹੇ ਨੇ ਸਰ ਉਹ ਆਣਗੇ ਨਾ ਉਸ ਸਮਝਾਣ ਤੇ ਸਹੀ ਨਾ ਸਾਨੂੰ ਅਜੇ ਤੋ ਉਹ ਵੱਡਾ ਬੰਦਾ ਇੰਜ ਹੋਣਾ ਚਾਹੀਦਾ ਇੰਜ ਹੋਣਾ ਚਾਹੀਦਾ ਬਿਟ ਬਣਾ ਰਹੇ ਨੇ ਸਰ ਵੱਡਾ ਬੰਦਾ ਤੇ ਉਹ ਵੀ ਹੁੰਦਾ ਹੈ ਕਿ ਜਿਹਨੂੰ ਮਤਲਬ ਆਮ ਬੰਦੇ ਨਾਲੋਂ ਬਹੁਤਾ ਕਪੜਾ ਲੱਗਦਾ ਇਹ ਉਹ ਤੇ ਚਾਹਤ ਉਹਦੇ ਤੁਹਾਨੂੰ ਗੱਲ ਕਰ ਰਹੇ ਨੇ ਤੁਹਾਨੂੰ ਗੱਲ ਇਹ ਤੁਹਾਨੂੰ ਜ਼ੋਰ ਕੀਤੀ ਤੁਸੀਂ ਮੈਨੂੰ ਕਿਹਾ ਨਹੀਂ ਮੈਂ ਤੁਹਾਡੇ ਲਈ ਮੈਂ ਗੱਲ ਕਰਦਾ ਅੱਛਾ ਆਗਾ ਜੀ ਮੈਨੂੰ ਇੱਕ ਗੱਲ ਦੱਸੋ ਜਿਹੜਾ ਬਿਹਤਰੀਨ ਕਾਮੇਡੀਅਨ ਹੁੰਦਾ ਉਹਦੇ 'ਚ ਕਿਹੜੀ ਕਿਹੜੀ ਕੁਆਲਿਟੀਜ਼ ਹੋਣੀ ਚਾਹੀਦੀਆਂ ਜੀ ਬੜਾ ਅੱਛਾ ਸਵਾਲ ਬਿਹਤਰੀਨ ਕਾਮੇਡੀ ਦੀ ਕੁਆਲਿਟੀ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਮੈਂ ਤਾਂ ਹੁੰਦਾ ਦੱਸਦਾ ਉਹ ਤੁਹਾਨੂੰ ਕਿਸੇ ਗੱਲ ਦਾ ਪਤਾ ਵਰਕਸ਼ਾਪ 'ਚ ਲੱਗੇ ਨੇ ਭਾਈ ਮਤਲਬ ਇਹ ਨਹੀਂ ਪਤਾ ਲੈ ਨਹੀਂ ਉਹਨਾਂ ਨੂੰ ਜ਼ਿਆਦਾ ਪਤਾ ਹੈਗਾ ਜੀ ਦੱਸੋ ਮੈਂ ਤਾਂ ਦੱਸਦਾ ਕਿ ਦੇਖੋ ਅੱਛਾ ਤੁਹਾਨੂੰ ਐਡਾ ਲਾਈਟ ਲੈ ਰਹੇ ਨੇ ਮਿਰਜ਼ਾ ਸਾਹਿਬ ਕੋਈ ਐਸੀ ਗੱਲ ਉਹਨੂੰ ਸਾਰਾ ਜ਼ਮਾਨਾ ਲੈਣ ਡਿਆ ਨਹੀਂ ਤੇ ਉਹ ਸਮਝ ਰਿਹਾ ਜਿਵੇਂ ਤੁਹਾਡਾ ਕੋਈ ਤੰਬੂਆਂ ਦਾ ਕਾਰੋਬਾਰ ਹੈ ਨਹੀਂ ਉਹ ਤਾਂ ਹੈ ਹੀ ਹੈ ਸਾਡਾ ਜੀ ਗੰਢ ਮਾਰ ਕੇ ਰੱਖੀ ਹੁੰਦੀ ਹੈ ਮੈਂ ਗੱਲ ਇਹ ਕਰਨਾ ਵਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਮੇਡੀ ਉਹ ਹੁੰਦਾ ਜਿਸ 'ਚ ਮਿਰਚਾਂ ਤੇਜ਼ ਹੋਣ ਭਾਈ ਜਾਨ ਇਹ ਗੱਲ ਨਹੀਂ ਹੈਗੀ ਸਭ ਤੋਂ ਅੱਛਾ ਕਾਮੇਡੀ ਉਹ ਹੁੰਦਾ ਜਿਹਨੇ ਇੱਥੇ ਤੱਕ ਖਜ਼ਾਬ ਲਾਇਆ ਤੁਹਾਨੂੰ ਇਸ ਗੱਲ ਮੇਰੀ ਸਮਝ ਹੀ ਨਹੀਂ ਆਈ ਸਭ ਤੋਂ ਅੱਛਾ ਕਾਮੇਡੀ ਉਹ ਹੁੰਦਾ ਜਿਹੜਾ ਕਿਸੇ ਦੇ ਕੱਪੜੇ ਪਾ ਕੇ ਫਿਰਦਾ ਭਾਈ ਜਾਨ ਅਸਲੀ ਖਾਲਸ ਕਾਮੇਡੀ ਉਹ ਹੁੰਦਾ ਜਿਹੜਾ ਪੱਲੇ ਪੈਟਰੋਲ ਪਵਾਏ ਕਾਮੇਡੀ ਦੀਆਂ ਕੋਈ ਨਿਸ਼ਾਨੀਆਂ ਨੇ ਕੁਆਲਿਟੀਆਂ ਦੱਸੋ ਇੱਕ ਇੱਕ ਕਰਕੇ ਉਹਦੀ ਕੁਆਲਿਟੀ ਇਹ ਹੈ ਹਾਂਜੀ ਚਲੋ ਹੁਣ ਚੋਪਰਾ ਨੇ ਦੱਸੋ ਜੀ ਹਾਂਜੀ ਉਹਦੀ ਕੁਆਲਿਟੀ ਇਹ ਹੈ ਕਿ ਘਰੋਂ ਆਪਣਾ ਸਕ੍ਰਿਪਟ ਯਾਦ ਕਰਕੇ ਨਿਕਲੇ ਨਿਸ਼ਾਨੀਆਂ ਕਾਮੇਡੀਅਨ ਨੂੰ ਇਸ ਤਰ੍ਹਾਂ ਪ੍ਰੋਮੋ ਵਰਗਾਉਣਾ ਚਾਹੀਦਾ ਟ੍ਰੇਲਰ ਵਰਗਾ ਜਿਵੇਂ ਟ੍ਰੇਲਰ 'ਚ ਆਪਾਂ ਥੋੜ੍ਹਾ ਜਿਹਾ ਰੋਮੈਂਸ ਦਿਖਾਈ ਦਾ ਥੋੜ੍ਹੀ ਜਿਹੀ ਫਾਈਟ ਦਿਖਾਈ ਦੀ ਹੈ ਥੋੜ੍ਹਾ ਜਿਹਾ ਉਹਦੇ 'ਚ ਕਾਮੇਡੀ ਦਿਖਾਈ ਦੀ ਹੈ ਥੋੜ੍ਹਾ ਜਿਹਾ ਐਕਸ਼ਨ ਦਿਖਾਈ ਦਾ ਠਾ ਕਰਕੇ ਫਿਰ ਉਹਦਾ ਟ੍ਰੇਲਰ ਕੰਪਲੀਟ ਹੁੰਦਾ ਕਾਮੇਡੀਅਨ ਨੂੰ ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਸਾਰਾ ਕੁਛ ਆਉਣਾ ਚਾਹੀਦਾ ਹੁੰਦਾ ਥੋੜ੍ਹਾ ਜਿਹਾ ਡਾਂਸ ਆਉਣਾ ਚਾਹੀਦਾ ਠੀਕ ਹੈ ਲਾਫਟਰ ਤਾਂ ਉਹਦਾ ਖੈਰ ਉਹਦਾ ਅਸਾਸਾ ਹੁੰਦਾ ਹੀ ਹੈ ਠੀਕ ਹੈ ਥੋੜ੍ਹਾ ਰੋਮੈਂਸ ਆਉਣਾ ਚਾਹੀਦਾ ਉਹਨੂੰ ਹਾਂਜੀ ਥੋੜ੍ਹੀ ਫਾਈਟ ਆਉਣੀ ਚਾਹੀਦੀ ਹੈ ਥੋੜ੍ਹਾ ਉਹਨੂੰ ਰੋਹਾਂਸਾ ਲਹਿਜਾ ਰੱਖ ਕੇ ਮਤਲਬ ਟ੍ਰੈਜਡੀ ਬੋਲਣੀ ਵੀ ਆਉਣੀ ਚਾਹੀਦੀ ਹੈ ਅਤੇ ਕਿਆ ਤੁਹਾਨੂੰ ਇਹਨਾਂ ਚੀਜ਼ਾਂ 'ਤੇ ਅਬੂਰ ਹਾਸਲ ਹੈ ਮੈਂ ਆਪਣੇ ਤੌਰ 'ਤੇ ਅਬੂਰ ਮੈਂ ਤਾਂ ਕਹਾਂਗਾ ਤੁਸੀਂ ਮੈਂ ਤੁਹਾਨੂੰ ਮਿਸਾਲ ਦੇ ਦਿੰਦਾ ਨੌਕਰ ਵੋਟੀ ਦਾ ਫਿਲਮ ਸੀ ਨਾ ਜੀ ਮੁਨੱਵਰ ਸ਼ਰੀਫ ਸਾਹਿਬ ਦਾ ਜਿਹੜਾ ਸੀਨ ਹੈ ਕਿਆ ਬਾਤ ਉਹਨਾਂ ਨੇ ਕਿਹਾ ਜੀ ਮੈਂ ਐਕਟਰ ਹਾਂ ਮੈਂ ਟ੍ਰੈਜਡੀ ਬੋਲ ਕੇ ਖਾਵਾਂਗਾ ਤੁਹਾਨੂੰ ਮੈਂ ਤੁਹਾਨੂੰ ਇੰਨੀ ਕਾਮੇਡੀ ਕਰਕੇ ਦਿਖਾਵਾਂਗਾ ਮੈਂ ਤੁਹਾਨੂੰ ਕਰਕੇ ਉਹ ਪਹਿਲੇ ਦੱਸ ਦੇ ਗਏ ਨੇ ਸਾਰੀ ਚੀਜ਼ ਬਿਲਕੁਲ ਠੀਕ ਹੈ ਨਾ ਇਹ ਮੈਂ ਤੁਹਾਨੂੰ ਦੱਸਣਾ ਜੀ ਥੋੜ੍ਹਾ ਥੋੜ੍ਹਾ ਮੈਨੂੰ ਸਾਰਾ ਹੀ ਆਉਂਦਾ ਤੁਹਾਨੂੰ ਪੂਰਾ ਕੁਛ ਨਹੀਂ ਆਉਂਦਾ ਤੁਹਾਨੂੰ ਮੇਰਾ ਮਤਲਬ ਤੁਸੀਂ ਸੁਣ ਤਾਂ ਲਓ ਦੇਖ ਤਾਂ ਲਓ ਯਾਰ
ਕਿਸੇ ਦੀ ਗੱਲ ਪੁੰਜੇ ਨਹੀਂ ਪੈਣ ਦਿੰਦੇ ਸਾਡੀ ਇੱਕ ਸਾਡੇ ਚਿੱਟੇ ਆ ਗਏ ਨੇ ਕਿੱਥੇ ਤੁਹਾਡੇ ਤੇ ਕਾਲੇ ਨਹੀਂ ਸਹੀ ਹੈ ਮੇਰਾ ਮਤਲਬ ਹੈ ਵੀ ਸਾਡੇ ਉਮਰ ਇੱਕ ਡੰਗ ਹੀ ਹੈ ਗੱਲਾਂ ਕਰਦੇ ਆ ਸਾਰੀ ਡੰਗ ਹੈ ਜੀ ਤੁਹਾਡੀ ਇਹਦੇ ਫਰਿਸ਼ਤੇ ਤੋਂ ਬਚ ਕੇ ਫਿਰਨ ਦੇ ਮੈਂ ਤੁਹਾਨੂੰ ਦੱਸਣਾ ਹਾਂ ਮੈਂ ਸਾਰੀ ਫਿਲਮ ਦੇਖੀ ਹੈ ਮੈਂ ਸ਼ੂਟਿੰਗ ਵੀ ਦੇਖੀ ਹੈ ਮੈਂ ਦੇਖ ਕੇ ਆ ਕੇ ਤੁਹਾਨੂੰ ਸਾਰਾ ਮੇਰੇ ਜ਼ਿਹਨ ਚ ਰਿਕਾਰਡ ਯਾਨੀ ਕਿ ਪੂਰਾ ਤੁਸੀਂ ਟ੍ਰੇਲਰ ਵਿਖਾਓਗੇ ਸਾਰਾ ਪੂਰਾ ਟ੍ਰੇਲਰ ਮੈਂ ਤੁਹਾਨੂੰ ਦਿਖਾਵਾਂਗਾ ਕਾਮੇਡੀ ਵੀ ਟ੍ਰੈਜੇਡੀ ਵੀ ਰੋਮਾਂਸ ਵੀ ਡਰਾਮਾ ਵੀ ਹਾਂਜੀ ਫਾਈਟ ਵੀ ਡਾਂਸ ਵੀ ਬਹੁਤ ਲੰਮੀ ਗੱਲ ਕਰਦੇ ਹੋ ਕਿਤੇ ਇੰਨੀ ਇੱਜ਼ਤ ਕਿਤੇ ਬਸ ਛੱਡ ਦਿਓ ਤੁਸੀਂ ਇਸ ਗੱਲ ਨੂੰ ਤੁਹਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈਗਾ ਕੋਈ ਗੱਲ ਨਹੀਂ ਦੇਖੋ ਕੋਈ ਗੱਲ ਨਹੀਂ ਕਿਤੇ ਛੱਡ ਦਿਓ ਇਸ ਗੱਲ ਨੂੰ ਗੱਲਾਂ ਸਾਰੀਆਂ ਨੇ ਭਾਜੀ ਦੇਖੋ ਤੁਸੀਂ ਗੌਰ ਤੇ ਕਰੋ ਕਰੋ ਚਲੋ ਤੁਸੀਂ ਇਸ ਤਰ੍ਹਾਂ ਕਰੋ ਨਾ ਕਿ ਤੁਸੀਂ ਕਿਸੇ ਆਫਿਸ ਚ ਗਏ ਹੋ ਤੇ ਆਪਣੇ ਬੌਸ ਦੇ ਕੋਲੋਂ ਨਾ ਤੁਸੀਂ 2 ਮਹੀਨੇ ਦੀ ਤਨਖਾਹ ਇਕੱਠੀ ਮੰਗਣੀ ਹੈ ਅਤੇ ਆਪਣੀ ਮਜਬੂਰੀ ਵੀ ਨਹੀਂ ਦੱਸਣੀ ਆਪਣੀ ਗੈਰਤ ਨੂੰ ਵੀ ਤੁਸੀਂ ਡੈਮੇਜ ਨਹੀਂ ਹੋਣ ਦੇਣਾ ਪੈਸੇ ਵੀ ਮੰਗਣੇ ਨੇ ਠੀਕ ਹੈ ਅਤੇ ਲੈ ਕੇ ਵੀ ਜਾਣੇ ਨੇ ਅਤੇ ਤੜੀ ਵੀ ਲਾਉਣੀ ਨਾ ਬਸ ਇਹ ਜਿਹੜਾ ਤੁਸੀਂ ਵਿੱਚੋਂ ਫਿਕਰਾਂ ਦੱਸਿਆ ਨਾ ਕਿ ਪੈਸੇ ਮੰਗਣੇ ਨੇ ਐਸੇ ਆਲਾ ਮੰਗਣਗੇ ਤੁਸੀਂ ਆਰਾਮ ਨਾਲ ਡਾਕਟਰ ਨੂੰ ਚੈੱਕਅਪ ਕਰਾਇਆ ਰਿਪੋਰਟਾਂ ਦੇ ਵਿੱਚ ਮੈਗਨੇਸ਼ੀਅਮ ਦੀ ਕਮੀ ਡਾਕਟਰ ਨੇ ਵੀ ਕਿਹਾ ਵਿਟਾਮਿਨ ਦੇ ਮਿਰਜ਼ਾ ਸਾਹਿਬ ਨੂੰ ਪਹਿਲੀ ਸਲਾਮੀ ਪਈ ਤੇ ਪਾਨ ਲੈਣ ਚਲੇ ਗਏ ਔਰ ਆਪਣਾ ਨਹੀਂ ਭਾਬੀ ਦਾ ਨਹੀਂ ਤੁਸੀਂ ਇੱਥੇ ਮਿਰਜ਼ਾ ਸਾਹਿਬ ਤੁਸੀਂ ਦਫ਼ਤਰ ਦਫ਼ਤਰ ਮਜਬੂਰ ਬੰਦੇ ਦਾ ਪਹਿਲੇ ਮੂੰਹ ਬਣਾ ਗਿਆ ਮਜਬੂਰ ਬੰਦੇ ਦਾ ਮੂੰਹ ਕਿਸ ਤਰ੍ਹਾਂ ਹੁੰਦਾ ਹਾਂ ਇਹ ਪਰਫੈਕਟ ਹੈ ਹਾਂ ਬਿਲਕੁਲ ਸਾਹਮਣੇ ਬਿਲਕੁਲ ਮੇਰੇ ਤੁਸੀਂ ਹਲਕਾ ਹਲਕਾ ਹੱਸ ਰਹੇ ਹੋ ਤੁਸੀਂ ਮੁਕੰਮਲ ਮਜਬੂਰ ਨਹੀਂ ਲੱਗ ਰਹੇ ਮੈਨੂੰ ਹੁਣ ਮੈਂ ਰੋਣ ਲੱਗ ਪਵਾਂ ਇੱਥੇ ਮੈਂ ਧਾਣਾ ਮਾਰਨ ਲੱਗ ਜਾਵਾਂ ਮੈਂ ਤੁਹਾਨੂੰ ਸਿਰ ਮਾਰ ਦਵਾਂ ਮਿਰਜ਼ਾ ਸਾਹਿਬ ਦੇਖੋ ਮੂੰਹ ਦੇ ਉੱਤੇ ਜਿਹੜਾ ਤੁਹਾਡਾ ਸਮਾਈਲ ਆ ਰਹੀ ਹੈ ਨਾ ਉਹ ਸਮਾਈਲ ਲਿਆਉਣੀ ਚਾਹੀਦੀ ਮਜਬੂਰ ਬੰਦਾ ਜਿਹੜਾ ਨਾ ਤੇ ਉਹਦੇ ਨਾ ਖਸਿਆਣਾ ਜਿਹਾ ਮੂੰਹ ਬਣਾਉਣਾ ਜੀ ਕਰਕੇ ਇਹ ਸ਼ਾਬਾਸ਼ ਇਹ ਦੇਖੋ ਨਾ ਹੁਣ ਗੱਲ ਹੋਈ ਹਾਂਜੀ ਵਾਲੇਕੁਮ ਸਲਾਮ ਜੀ ਜੀ ਰੋਜ਼ ਦਾ ਇਹੀ ਕੰਮ ਹੈ ਹੋਰ ਗੱਲ ਕਰ ਮੈਂ ਇੱਕ ਆਪਣੀ ਗਜ਼ਲ ਲੈ ਕੇ ਆਇਆ ਤੁਹਾਡੇ ਕੋਲ ਗਜ਼ਲ ਸ਼ਾਇਰ ਯਾਰ ਗਜ਼ਲ ਨਹੀਂ ਯਾਰ ਗਰਜ਼ ਹਾਂ ਗਰਜ਼ ਹਾਂ ਜੀ ਇੱਕ ਮਜਬੂਰੀ ਲੈ ਕੇ ਆਇਆ ਤੁਹਾਡੇ ਕੋਲ ਕਿੱਥੇ ਗਈ ਮੇਰੇ ਲਈ ਵੇਖੋ ਮੈਂ ਵੀ ਬਹੁਤ ਹਾਂ ਅੱਛਾ ਫਿਰ ਯਾਰ ਨਹੀਂ ਯਾਰ ਖੁਦਾ ਦਾ ਵਾਸਾ ਆ ਗਿਆ ਦੇਖੋ ਜੀ ਮੇਰੀ ਥੋੜੀ ਜੀ ਮਜਬੂਰੀ ਹੈ ਛੋਟੀ ਜਿਹੀ ਗਰਜ਼ ਗਰਜ਼ ਹੀ ਹੁੰਦੀ ਹੈ ਨਾ ਛੋਟੀ ਹੁੰਦੀ ਨਾ ਵੱਡੀ ਹੁੰਦੀ ਮੈਂ ਇੱਕ ਛੋਟੀ ਜਿਹੀ ਤੁਹਾਡੇ ਅਰਜ਼ ਕਰਨਾ ਸੀ ਤੁਹਾਨੂੰ ਛੋਟੀ ਜਿਹੀ ਅਰਜ਼ ਕਰਨਾ ਚਾਹੁੰਦੇ ਹਾਂ ਤੂੰ ਕਿੰਨੀ ਕੁ ਵਾਰੀ ਮੰਗ ਚੁੱਕਾ ਨੌਕਰ ਹੱਸ ਹੱਸ ਕੇ ਕਹਿ ਦਿਓ ਇਹਨਾਂ ਲੈਣਾ ਨੇ ਮੈਂ
ਨਹੀਂ ਜੁਗਤ ਨਹੀਂ ਕਰਨੀ ਲਾਈਨਾਂ ਉਹੀ ਬੋਲਣੀਆਂ ਨੇ ਜੁਗਤ ਕਰੋਗੇ ਤਾਂ ਕੰਮ ਖਰਾਬ ਹੋ ਜਾਏਗਾ अच्छा हुण इह ना जिवें पागल नहीं करदे हुंदे पागलां वांगू करो तां पैसे दे दो एक बार पैसे दे दो मैनू मेरी मजबूरी निकल जाएगी मेरा मुश्किल वक्त निकल जाएगा मैं सारी जिंदगी पागल एडियां लैना कदों बोलता है यार पागल पागल है ना पैसे दे दे मैंने पैसे चाहिए ऐसे करो ना अच्छा हुण उठ के खड़े हो ऐ तो बहुत अच्छा हो गया हुण एक बंदा है गूंगा है तो गूंगे ने यो सीन करना पैसे मंगने ने इशारे ने मंगाने दा तू आप होएगा एक बंदे ने 500 नोट दे के थैंक यू अच्छा नहीं तो जबान तेरी है नहीं तो इन्ने क्यों जम ले तू ओ चल तेरी नहीं वो कह रहा तू करने वाली गल कर यार इस तरह ने कही दा किन्ने पैसे चाहिए किन्ने किन्ने पैसे चाहिए तू गूंगा है या तेरा पेट खराब है पैसे मेरी सीधा हो गया अच्छा एक बंदे नूं नजर नहीं आंदा ओदी अखां खराब ने ओह किस तरह मंगेगा नहीं लाइना दी होई ने जुबान नहीं खराब बोल ते सही लाइना दी होई ने वालेकुम जी वालेकुम सलाम परी मैं तुहाडे कोल आया मजबूरी है मेरी क्यों नजर आने लग गया तेरे को पैसा जेब चेक नहीं जे तो पैसे को दे दो मेरी मजबूरी निकल जाएगी मेरा मुश्किल वक्त कढ़ा दियो तेरी मेहरबानी है मैं तेरे बच्चे को दुआवां दवांगा भाई वेरी गुड वेरी गुड मेरा भाई बहुत अच्छे शाबाश 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 क्या बात बैठो मिर्जा साहब बैठो मिर्जा साहब ते अगर तुहानू अपना फाइट डांस दे अबूर हासिल है थोड़ा बहुत जे तुहानू कोई फिल्म मिल जाए अल्लाह ना करे कि तुहानू उच नचना पै जाए केड़े गाने गाने ते नच सकदे हो चलो थोड़ा थोड़ा थानू ना अपने अपने बोलना ना दसो कि मेरे पैरां च घुंगरू पवा दे ते फिर मेरी टोर वेख ला कल्ली कल्ली नरेशन दरा करके दिखाओ सानू मेरे पैरां च किसे दियां जराबां पवा दे ओ मेरे पैरां च घुंगरू पवा दे ना 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 मेरे पैरां छाले पवाने ओ मेरे पैरां च घुंगरू पवा दे मेरे पैरां च किसे दी खुली जुत्ती पवा दे ओ मेरे पैरां च घुंगरू पवा के पवा के मेरे पैरां च घुंगरू पवा के ते फिर तुसी गाना ही चेंज करो मेरे हत्थां च 1000 दा नोट फड़ा ते फिर मेरी अखां फेरनियां देख ले फिर मेरी दौड़ देख ले मेरे हाथ च 1000 दा नोट फड़ा दे ते फिर मेरी दौड़ देख ले ओ मेरे घुंगरू पवा के ते फिर मेरी टोर देख ले
चुन्नी केसरी किसे तो मंगवा, चुन्नी केसरी किसे को मंगवा दे, चुन्नी केसरी किसे को मंगवा दे ते फिर मेरी टोर देख ले। कुंगरू भी है नहीं, चुन्नी भी है नहीं, साले कल्ला ही निकल पिया करो। बैठो मिर्जा साहब। बैठो जी, बैठो। थैंक यू सर। अच्छा मिर्जा साहब, एक सवाल मेरा। जी जी। तुसी क्योंकि थोड़ा टाइम मेरे ना ज्यादा गुजरता है। जी। तुसी गांदे भी बहुत अच्छा हो। ये थोड़ा प्यार है। तो वैसे फेवरेट सिंगर कौन? मेरे फेवरेट सिंगर जड़े ने जी वो मेहदी हसन साहब। नहीं हूँ तो अल्लाह उन्होंने गरी करामत करे, मेरे भी फेवरेट वो ने। सारे ने। ते अगर मतलब तुहानू असी दोस्त यार बैठे हैं, असी ज्यादा तो नहीं 50,000 रुपया असी थोड़ी नज़र करांगे, ते तुसी सन एक दो चीज़ां सुना दे। ਕੋ ਦੋਸਤ ਆਈਆਂ ਕੋਈ ਕਦਾਂ ਅੰਦਰ ਆਏ ਕਰ ਰੂ ਪੱਕੀਆਂ ਹੁਣ ਪੱਕੀਆਂ ਰੂ ਲਾ ਦਿਓ ਸਾਡੇ ਤਰ੍ਹਾਂ ਕਿਉਂਕਿ ਰੂ ਪਤਾ ਸਾਰੇ ਰੂਦਾਰ ਬੈਠੇ ਨੇ ਤੇ ਰੂ ਲੱਗ ਜਾਏਗੀ ਮਜ਼ਾ ਆ ਜਾਏਗਾ ਸਿਆਗਾ ਸਾਹਿਬ 50,000 ਦਾ ਐਲਾਨ ਕਰਤਾ ਜੀ ਸਰ ਕੋਈ ਗੱਲ ਨਹੀਂ ਕਿੰਨੇ ਅਸੀਂ 4-5 ਜਣੇ ਬੈਠੇ ਹਾਂ ਕਿ 10-10,000 ਆ ਜਾਏਗਾ ਇਸ ਤੁਹਾਡਾ ਕਹਿ ਦੇਣਾ ਹੀ ਕਾਫੀ ਹੈ ਚਲੋ ਬਾਤ ਠੀਕ ਹੋ ਗਈ ਹੋਰ ਉਹ 50,000 ਇਕੱਠਾ ਨਹੀਂ ਉਹ ਨਹੀਂ ਲੈਣਾ ਚਾਹੁੰਦੇ 50,000 ਇਕੱਠੇ ਤਾਂ ਭਾਬੀ ਨੇ ਸੋਨੇ ਦੇ ਘੁੰਗਰੂ ਲੈ ਜਾਣਗੇ ਸਰ ਸੋਨੇ ਦੇ ਘੁੰਗਰੂ ਨਹੀਂ ਨਹੀਂ ਉਹ ਕਹਿੰਦੇ ਨਹੀਂ ਇਹ ਨਹੀਂ ਨਹੀਂ ਇਹ ਤੁਸੀਂ ਗੱਲ ਪਿੱਛੇ ਲੱਗ ਹੀ ਜਾਂਦੇ ਹੋ ਥੋੜ੍ਹੀ ਆਗਾ ਸਾਹਿਬ ਥੋੜ੍ਹੇ ਜਿਹਾ ਖਿਆਲ ਕਰ ਲਿਆ ਕਰੋ ਜੇ ਬੰਦਾ ਕਹਿ ਹੀ ਦਿੰਦਾ ਤੁਸੀਂ ਉਹ ਤਾਂ ਫੌਰੀ ਅਮਲ ਕਰ ਲੈਂਦੇ ਇੱਕ 50,000 ਰੁਪਈਆ ਇੱਕ ਰਕਮ ਆ ਇੱਕ ਅਮਾਊਂਟ ਆ ਠੀਕ ਅਤੇ ਉਹਦੇ ਵਿੱਚ ਅਗਰ ਤੁਸੀਂ ਉਹ ਕਹਿ ਰਹੇ ਨੇ ਵਿੱਕੀ ਸਾਹਿਬ ਕਿ 10-10,000 ਰੁਪਇਆ ਸਾਰਿਆਂ ਨੂੰ ਆਉਂਦਾ ਚਲੋ ਅਗਰ ਅੱਛਾ ਗਾਣਾ ਸੁਣਾਓਗੇ ਤਾਂ ਜ਼ਰੂਰ ਦੇ ਜ਼ਰੂਰ ਕੂਬ ਕੂ ਫੈਲੇ ਗਈ ਪਾ ਤੇ ਸ਼ਨਾਸਾਏ ਕੂਬ ਕੂ ਫੈਲੇ ਗਈ ਬਾ ਤੇ ਸ਼ਨਾਸਾਏ ਕੇ ਉਸਨੇ ਖੁਸ਼ਬੂ ਕੀ ਤਰ੍ਹਾਂ ਮੇਰੀ ਪਜ਼ੀਰਾਈ ਕੀ ਕੂਬ ਕੂ ਫੈਲ ਗਈ ਬਾ ਤੇ ਸ਼ਨਾਸਾਏ ਕੇ 1500 ਬਣਦਾ 50,000 ਨਹੀਂ ਬਣਦਾ ਕੀ ਬਾਤ ਹੈ ਵੋ ਕਹੀਂ ਵੀ ਗਿਆ ਵੋ ਕਹੀਂ ਵੀ ਗਿਆ ਬਹੁਤ ਅੱਛੇ ਕੀ ਬਾਤ ਵੋ ਕਹੀਂ ਵੀ ਗਿਆ ਲੋਟਾ ਤੋ ਮੇਰੇ ਪਾਸ ਆਇਆ वाह बस यही बात है अच्छी मेरे हर जाए की बस यही बात है अच्छी मेरे हर जाए की वाह वाह बहुत अच्छे मिर्जा साहब थोड़ा थोड़ा नजर है आपके कैसे कह दूं कैसे कैसे लोग नहीं सर ये दा इसी कैसे कैसे कह दूं अच्छा वो आगे मैंने ऐसा दूं तो कह के दिखा देना वाह नहीं मैंने समझा पहले कैसे कह दूं के मुझे छोड़ दिया है उसने वाह जी वाह कैसे कह दूं के मुझे कैसे कैसे कह दूं मेरा कह रहा कैसे कह क्या बात है क्या बात महान कलाकार है ये कहना बड़े गुलूकार हैं बड़े घराने से आपका ताल्लुक है लेकिन ये कि मेरा गला थोड़ा सा डिस्टर्ब है थोड़ा किराए का घराने ਮੇਰਾ ਗਲਾ ਥੋੜਾ ਡਿਸਟਰਬ ਹੈ ਲੇਕਿਨ ਫਿਰ ਮੈਂ ਵਿੱਕੀ ਸਾਹਿਬ ਦੇ ਤੁਹਾਡੇ ਸਾਰੇ ਦੋਸਤਾਂ ਦੀ ਫਰਮਾਇਸ਼ ਤੇ ਮੈਂ ਕਿਹਾ ਮੈਂ ਸੁਣਾਣਾ ਔਰ ਬਾਕੀ ਥੋੜਾ ਜਿਹਾ ਹੋਦਾ ਜੀ ਕੈਸੇ ਕਹਿ ਦੂੰ ਕੇ ਇਹ ਸੋਰੀ ਨਹੀਂ ਹੈ ਭਾਈ ਛੋੜੇ ਮੇਰਾ ਆਪਣਾ ਹੈ ਨਹੀਂ ਨਹੀਂ ਕੈਸੇ ਕਹਿ ਆਪ ਤਾਂ ਮੇਰੇ ਸੇ ਸੁਣਨਾ ਚਾਹੇ ਨਾ ਕੇ ਮੁਝੇ ਛੋੜ ਦਿਆ ਹੈ ਉਸਨੇ
अरे वाह ए तुसी जेड़ा ना गाई जाओ के मैं कह दूं वारे आगा क्या बात कैसे कह दूं के मुझे छोड़ दिया है उसने बात तो सच है मगर बात है रुसवाई की क्या बात है आगा बात तो क्या बात है क्या बात है उसने जलती पेशानी पे जब हाथ रखा अरे वाह क्या वाह उसने जलती उसने जलती वाह 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 हुई पेशानी पे जब हाथ रखा आहा रूह तक आ गई तासीर मसीहाई के रूह तक क्या बात है आगा साहब क्या बात वाह क्या कह रहे मेरा गला थोड़ा डिस्टर्ब है अच्छा ना नसीबो नसीबो का गालन दे तुसी नसीबो हां नसीबो दे भी गाले नसीबो दा सुनाओ कोई अपने नसीबो माड़े काफी सर लेने चट छगने ते करिए छड़ झगड़े ते करिए प्यार दम आवे ना आवे की दम दा भरोसा यार दम आवे ना आवे अच्छा मैडम नु तुसी गालो के अपना मैंने हर कांटा तेरी राग कपल को से चुना गाते में लेना सर लेकिन मेरा गला डिस्टर्ब होया कोई ऐसी गल तुसी गले ना गाओ मैंने हर कांटा तेरी राह का पलकों से चुना गाओ इन्हें गाओ गाई रहे होगा तो नू खबरा सुनाने हैं तो यार खुदा नहीं तो राज जंदे हैं वो सड़े बिल्कुल गला गुला बोल जंदे अच्छा जी वो तोड़ी कापनी पंजाबी हाँ दिया नहीं वो सुनाओ कंडे यादेनाल जी कंडे यादेनाल जख्म मेरे फूलदार कंडियां दे नाल जख्म मेरे फूलदार ओ शख्स मेरे खून च बाबा विश खोलदारिया कंडियां दे नाल जख्म मेरे जिंदा ते मैं जरूर सी ओ दे बगैर भी जिंदा बगैर भी जिंदा ते मैं जरूर सी ओ दे बगैर भी अरे वाह पंछी मेरी हयात दा पर तोलदार ओ शख्स मेरे खून च विस कोलदार कंडियां दे नाल जा
क्या बात है मिर्जा साहब, क्या बात। ये बकुआ केड़े थाने दा यार, तुसी ये देखो ये हुई आइटम जड़ा ना जी मिर्जा साहब ने एक निजी चैनल ते अच्छा रिकॉर्ड कीता, वो मैं मिर्जा साहब दी तुहानू पैरोडी करके सुनाना जी। मिर्जा साहब ओदे च इमोशनल होए ने अच्छा, और तुसी ओदी पंच दा मजा लेना है कि रो रहे ने ते पंच की कीती है। कंडियां दे नाल जख्म मेरे भोलदारिया, ओ शख्स मेरे खून च विस कोल धारिया। रो रहा मैं जो ही खत्म है ना, थैंक यू नहीं मैं शुक्रिया अदा करना सी ना, रो के कर लेना रोक ही जगता फिर मतलब रोने च नहीं रोना। प्रवीण मैदी साहब की और रेशमा साहब वाला सुना दो। प्रवीण मैदी साहब गोरी है, गोरी है ना जन पर दे गोरी है मैं जाना पर दे वाह क्या बात। गोरी है मैं जाना पर दे, मैं जाना तेरे नाल ये बात माही वे वाह वाह ना जाने पर जी वो पे क्या बात है। मैं जाना तेरे नाल माही वे प्यार दी निशानी साड़ी रखी गल लाके, रखी गल लाके रब करे खैर तेनू मिलांगे कदी आके, मिलांगे कदी आके माही वे ना जाने पर दे। क्या बात है क्या बात है बस। मिर्जा साहब एक गल दसो, क्या खूब जा मिर्जा साहब मजाक तो लावा ने गल दसो, माशाल्लाह जिन्ना अल्लाह ने तुहानू टैलेंट दिता तुसी मल्टी टैलेंटेड हो, मतलब हर चीज मालूम अदा कीती है ਤੁਹਾਨੂੰ ਅਸੀਂ ਜੋ ਕਿਹਾ ਮਜ਼ਾਕ ਚ ਕਿਹਾ ਲੇਕਿਨ ਤੁਸੀਂ ਪੂਰਾ ਕੀਤਾ ਹੈ, ਪੂਰਾ ਕੀਤਾ ਹੈ ਪਰਫੈਕਟ ਪਰਫੈਕਟ ਕੀਤਾ ਤੁਸੀਂ ਪੂਰੇ ਹਰ ਆਈਟਮ ਮੁੰਗੇ ਦੀ ਅੰਨੇ ਦੀ ਹਰ ਬੰਦ ਕੀ ਬਾਤ ਫਿਰ ਤੁਹਾਡੇ ਕੀ ਚੋਰ ਤੁਹਾਡੇ ਫਰਜ਼ ਦਾ ਹਰ ਚੀਜ਼। ਅੱਛਾ ਤੁਸੀਂ ਮੈਨੂੰ ਗੱਲ ਦੱਸੋ ਕਿ ਤੁਸੀਂ ਆਪਣੇ ਕੰਮ ਤੋਂ ਆਪਣੀ ਇਸ ਲਾਈਫ ਤੋਂ ਮੁਤਮਿਨ ਹੋ? ਮੈਂ ਮੁਤਮਿਨ ਹਾਂ ਵੀ ਔਰ ਨਹੀਂ ਵੀ, ਮਤਲਬ ਇੱਕ ਦੌਰ ਸੀ ਕਿਉਂਕਿ ਹਰ ਆਰਟਿਸਟ ਦਾ ਇੱਕ ਦੌਰ ਹੁੰਦਾ ਹੈ, ਇੱਕ ਦੌਰ ਬਦਲਦਾ ਹੈ ਸਟੈਪ ਬਾਏ ਸਟੈਪ, ਸੀੜੀਆਂ ਨੇ ਜਾਂ ਤਾਂ ਬੰਦਾ ਉੱਤੇ ਜਾਂਦਾ ਫਿਰ ਉੱਥੋਂ ਹੌਲੀ ਹੌਲੀ ਵਾਪਸ ਆਉਂਦਾ ਐਂਡ ਇਨਸਾਨ ਦਾ ਜੋ ਹੈ ਤੁਸੀਂ ਮਾਸ਼ਾਅੱਲਾ ਸਮਝਦਾਰ ਹੋ, ਤੁਸੀਂ ਰਾਈਟਰ ਹੋ, ਹਰ ਅਰੂਜ ਨੂੰ ਜ਼ਵਾਲ ਹੈ, ਹਰ ਅੱਲਾਹ ਤਾਲਾ ਕੁਰਾਨ 'ਚ ਫਰਮਾਉਂਦਾ ਕਿ ਜਿਹੜਾ ਬੰਦਾ ਮੈਂ ਪੈਦਾ ਕੀਤਾ ਨਾ ਜੀ ਅੱਲਾਹ ਨੇ ਕਸਮ ਖਾਧੀ ਜ਼ੈਤੂਨ ਦੀ, ਤੂਰੇ ਸੀਨੈਨ ਦੀ ਜੀ ਬੇਸ਼ ਅੰਜੀਰ ਦੀ ਸੁਭਾਨ, ਅਤੇ ਫਿਰ ਅੱਲਾਹ ਤਾਲਾ ਨੇ ਵੀ ਕਿਹਾ ਕਿ ਅਸੀਂ ਮੈਂ ਇਨਸਾਨ ਨੂੰ ਫਿਰ ਕਮਜ਼ੋਰ ਲਾਚਾਰ ਕਰ ਦਿੱਤਾ, ਇਹ ਅੱਲਾਹ ਦਾ ਕਾਨੂੰਨ ਹੈ। ਲੇਕਿਨ ਜੋ ਤੁਸੀਂ ਜ਼ਿੰਦਗੀ ਗੁਜ਼ਾਰੀ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਇਹਦੇ 'ਚ ਮੁਤਮੈਨ ਹੋ, ਕਿਸੇ ਨਾਲ ਗਿਲਾ ਤਾਂ ਨਹੀਂ ਕੋਈ ਹੈ? ਉਹਦੇ ਵਾਸਤੇ ਮੈਂ ਕਹਾਂਗਾ ਕਿ ਸਾਗਰ ਸਾਹਿਬ ਦਾ ਇੱਕ ਸ਼ੇਰ ਹੈ ਮੇਰੇ ਜ਼ਿੰਦਗੀ 'ਤੇ ਮਬਨੀ ਹੈ, ਜਿਹੜਾ ਕਿ ਮੈਂ ਕਨਸੀਵਿੰਗ 'ਚ ਕਹਾਂਗਾ, ਜੋ ਮੈਨੂੰ ਨਜ਼ਰ ਆਉਂਦਾ, ਜੋ ਆ ਰਿਹਾ, ਜੋ ਆਇੰਦਾ ਮੁਸਤਕਬਲ ਹੈ, ਜੋ ਗੁਜ਼ਰਿਆ ਵਕਤ, ਜੋ ਗੁਜ਼ਰ ਚੁੱਕਾ, ਗੱਲ ਕਰਨੀ ਉਹ ਕਰ ਲਓ ਪਹਿਲੇ, ਮੈਂ ਉਹੀ ਕਰ ਰਿਹਾ ਸਰ, ਮੇਰੀ ਕੋਈ ਗੱਲ ਐਡੀ ਕੋਈ ਡੇਢ ਮੀਟਰ ਦੀ ਨਹੀਂ, ਮੈਂ ਸਿਰਫ ਗੱਲ ਕਰਾਂਗਾ। ਗੱਲ ਸਿਰਫ ਇੰਨੀ ਹੈ ਕਿ ਕਹਿੰਦਾ ਨਾ ਕਿ ਜ਼ਿੰਦਗੀ ਜਬਰੇ ਮੁਸਲਸਲ ਕੀ ਤਰ੍ਹਾਂ ਕਾਟੀ ਹੈ, ਜਾਣੇ ਕਿਸ ਜੁਰਮ ਕੀ ਪਾਈ ਹੈ ਸਜ਼ਾ ਯਾਦ ਨਹੀਂ। ਵਾਹ ਵਾਹ। मैंने पलकों से दरे यार पे दस्तक दी है, मैं वो साहिल हूँ जिसे कोई सदा याद नहीं। अरे वाह वाह वाह। नहीं मिर्जा साहब ये तो कोई शक नहीं कि दो राय थे है कोई नहीं कि तुसी नो डाउट बहुत कमाल आर्टिस्ट हो, बेशक
मतलब पंज पट्टिया फनकार डांसर भी बड़े अच्छे डांस भी कर लेंगे हो सिंगिंग भी कर लेंगे हो जुगत भी कर लेंगे हो कॉमेडी भी कर लेंगे हो ट्रेजडी भी कर लेंगे हो लेकिन ये एक अल्लाह का निज़ाम है जिस विकी साहब ने कहा कि अल्लाह पाक का निज़ाम है इंशाल्लाह ताला अच्छे दिन आएंगे तुसी अच्छे आर्टिस्ट हो अजे बड़ा वक्त पे आ कोई को बुढ़े नहीं हो गए देखो ना मादरत तुहाड़ी गल मैं सॉरी मैं कट रहा मादरत नाल एक वक्त होंदा है कि एक इंसान का इंडिपेंडेंट वक्त होंदा है एक इंसान नू अल्लाह तो बाद अल्लाह के वलियां तो बाद फिर थोड़ी जिनी हैल्प भी लेनी पैंदी है और दोस्तों की हैल्प ले दी और दोस्त मेरे मेहरबान भी ने मेरे हैल्प देने वाले हैल्प करने वाले और मैनू कभी मैनू डोलन नहीं दिता उन्होंने कुछ नाम ने आगा माजिद सब तो पहले नाम आता है और नासर चिनोटी साहब ने नसीम विक्की साहब ने हाजी ठाकर साहब ने हाँ जी सलीम अलबेला साहब ने ये बड़े मेरे दोस्त ने मैनू कभी डोलन जी गल ना जी फीलिंग मैं तुम दसना कि असल जी फीलिंग है कदर उस तरह नहीं हुई जिस तरह होनी चाहिए जिस तरह होनी चाहिए ठीक है ना जी उस तरह नहीं हुई अगर असी अपने फनकारां दी अपने करीबी लोगों की जिन्हों के कोल हुनर हुंदा जिन्हों कुछ आंदा आपां उन्हां दी कदर ज़्यादा करनी शुरू कर दी है ना वो बंदे की जिहड़ी जिंदगी है ना होर वड्डी हो जाती है वड्डी हो जाती बंदे की जिंदगी खुशियां ज़्यादा आ जांदियां ने असी बेकदरी बड़ी करने आ ख्वाजा परवेज साहब का एक शेर वो मैं इत्थे जरूर कोट करांगा कहिंदे ने कि जिन्हों अकल होवे जिन्हों शऊर होवे जिन्हों अकल होवे जिन्हों शऊर होवे ਉਹਨੂੰ ਪੁੱਜ ਕੇ ਸੂਲੀ ਚਾੜਦੇ ਨੇ ਜਿਹਨੂੰ ਅਕਲ ਹੋਵੇ ਜਿਹਨੂੰ ਸ਼ਊਰ ਹੋਵੇ ਉਹਨੂੰ ਪੁੱਜ ਕੇ ਸੂਲੀ ਚਾੜਦੇ ਨੇ ਲੋਕ ਬੇਕਦਰੀ ਦੀ ਪੱਠੀ ਵਿੱਚ ਚੁਣ ਚੁਣ ਕੇ ਹੀਰੇ ਸਾੜਦੇ ਨੇ ਹਾਏ 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 ਅਤੇ ਬਾਕੀ ਦੁਨੀਆਂ ਦੇ ਉੱਤੇ ਬੰਦੇ ਦਾ ਆਉਣਾ ਜਾਣਾ ਕੰਮ ਕਰਨਾ ਇਹ ਤਾਂ ਸਾਰਾ ਮੈਟਰ ਮਤਲਬ ਨਹੀਂ ਕਰਦਾ ਕਿਉਂਕਿ ਅੱਲਾਹ ਤਾਲਾ ਦਾ ਇੱਕ ਸਿਸਟਮ ਹੈ ਕਾਨੂੰਨ ਹੈ ਮਿਰਜ਼ਾ ਸਾਹਿਬ ਜਿਹੜਾ ਸਬਰ ਕਰ ਗਿਆ ਜਿਹੜਾ ਬਰਦਾਸ਼ਤ ਕਰ ਗਿਆ ਉਹਦੇ ਤੋਂ ਵੱਡਾ ਬੰਦਾ ਹੀ ਕੋਈ ਨਹੀਂ ਹੁੰਦਾ ਅਤੇ ਇਹਦਾ ਅਜਰ ਅੱਲਾਹ ਕੋਲ ਅੱਗੇ ਪਿਆ ਹੁੰਦਾ ਬੜਾ ਜ਼ਬਰਦਸਤ ਕਿਸਮ ਦਾ ਤਾਂ ਤੁਸੀਂ ਬੇਫਿਕਰ ਹੋਵੋ ਇਨਸ਼ਾਅੱਲਾ ਤਾਲਾ ਇੱਥੇ ਵੀ ਤੁਹਾਨੂੰ ਬਹੁਤ ਕੁਛ ਮਿਲੇਗਾ ਔਰ ਅੱਗੇ ਜਾ ਕੇ ਬਹੁਤ ਕੁਛ ਮਿਲੇਗਾ ਤੁਸੀਂ ਪੋਜ਼ਿਟਿਵ ਇਨਸਾਨ ਹੋ ਲੋਕਾਂ ਦੀ ਇੱਜ਼ਤ ਖਿਦਮਤ ਕਰਨ ਵਾਲੇ ਹੋ ਇਨਸ਼ਾਅੱਲਾ ਉਹ ਕਹਿੰਦੇ ਨਾ ਕਿ ਆਪਣਾ ਜ਼ਮੀਨ ਖਾ ਗਈ ਆਸਮਾਂ ਕੈਸੇ ਕੈਸੇ ਹੂਏ ਨਾਮਵਰ ਬੇਨਿਸ਼ਾਂ ਕੈਸੇ ਕੈਸੇ ਵਾਹ ਲੇਕਿਨ ਜੀ ਅਸੀਂ ਤੁਹਾਡੇ ਚੈਨਲ ਦੇ ਵਸਾਦਤ ਦੇ ਨਾਲ ਆਪਣੇ ਜਿਤਨੇ ਵੀ ਦੇਖਣ ਵਾਲੇ ਨੇ ਜਿਤਨੇ ਸਾਡੇ ਆਰਟਿਸਟ ਵੀ ਦੇਖਣਗੇ ਜ਼ਾਹਿਰੀ ਗੱਲ ਹੈ ਕਿ ਸਾਡੀ ਵਿਊਵਰਸ਼ਿਪ ਅਤੇ ਸਾਡੇ ਸਾਰੇ ਹੀ ਆਰਟਿਸਟਾਂ ਨੂੰ ਸਾਡੇ ਸਾਰੇ ਡਾਇਰੈਕਟਰਾਂ ਨੂੰ ਪ੍ਰੋਡਿਊਸਰਾਂ ਨੂੰ ਸਾਡੀ ਰਿਕੁਐਸਟ ਹੈ ਕਿ ਉਹ ਮਿਰਜ਼ਾ ਸਾਹਿਬ ਨੂੰ ਬੜੀ ਇੱਜ਼ਤ ਬੜੀ ਆਨਰ ਦੀ ਨਿਗਾਹ ਨਾਲ ਦੇਖਣ ਹਾਂ ਇਹਨਾਂ ਦੇ ਨਾਲ ਪਿਆਰ ਕਰਨ ਮੁਹੱਬਤ ਕਰਨ ਇਹ ਵੀ ਤੁਹਾਡੇ ਹੱਥ ਸਿਰ ਮਿਰਜ਼ਾ ਸਾਹਿਬ ਨਾਲ ਨਹੀਂ ਜਿਤਨੇ ਵੀ ਸਾਡੇ ਇਸ ਲੈਵਲ ਦੇ ਸੀਨੀਅਰ ਨੇ ਸਾਰਿਆਂ ਦੇ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਹੈ ਸਾਰਿਆਂ ਨਾਲ ਸਾਨੂੰ ਇਤਨੀ ਹੀ ਮੁਹੱਬਤ ਕਰਨੀ ਚਾਹੀਦੀ ਜਿਤਨੀ ਅਸੀਂ ਮਿਰਜ਼ਾ ਸਾਹਿਬ ਨਾਲ ਕਰੀਏ ਅੱਛਾ ਮੈਂ ਇੱਥੇ ਆਪਾਂ ਅਸੀਂ ਬੈਠੇ ਜੋ ਸਬਾਬ ਦੇ ਨਾਲ ਇੱਕ ਗੱਲ ਹੋਰ ਆਪਾਂ ਡਿਸਕਸ ਕਰ ਲਈਏ ਕਿ ਜਦੋਂ ਸਾਡਾ ਕੋਈ ਸੀਨੀਅਰ ਜਾਂ ਕੋਈ ਦੁਨੀਆ ਤੋਂ ਜਾਣ ਵਾਲਾ ਹੁੰਦਾ ਉਹਦੀ ਜਿਹੜੀ ਕਸਮ ਪੁਰਸੀ ਵਾਲੀ ਹਾਲਤ ਹੋ ਜਾਂਦੀ ਹੈ ਉਹਦੇ 'ਚ ਨਾ ਫਿਰ ਲੋਕਾਂ ਨੂੰ ਲੱਗ ਰਿਹਾ ਹੁੰਦਾ ਜਿਵੇਂ ਸਾਥੀ ਫਨਕਾਰ ਜਿਹੜੇ ਉਹਦਾ ਸਾਥ ਨਹੀਂ ਦੇ ਰਹੇ ਠੀਕ ਹੈ ਨਾ ਕੁਛ ਚੀਜ਼ਾਂ ਵੀ ਹੁੰਦੀਆਂ ਨੇ ਕਿ ਬੰਦੇ ਆਪਣੀ ਉਹ ਜਿਹੜੀਆਂ ਜ਼ਿੰਦਗੀ ਦੀਆਂ ਕੁਤਾਹੀਆਂ ਹੁੰਦੀਆਂ ਨੇ ਨਾ ਉਹਦਾ ਭੁਗਤਾਨ ਤਾਂ ਹਰ ਬੰਦੇ ਨੇ ਕਰਕੇ ਜਾਣਾ ਹੁੰਦਾ ਬੇਸ਼ੱਕ ਬੇਸ਼ੱਕ ਠੀਕ ਹੈ ਕਿ ਨਹੀਂ ਉਹਦੇ 'ਚ ਤੇਰਾ ਮੇਰਾ ਜਿੰਨਾ ਕਮਲ ਦਖਲ ਹੋ ਸਕਦਾ ਨਾ ਆਪਣੀ ਔਕਾਤ ਦੇ ਮੁਤਾਬਕ ਹੀ ਹੋ ਸਕਦਾ ਆਪਾਂ ਉਹਨਾਂ ਕਰ ਸਕਦੇ ਅਹਿਸਾਸ ਜਿਹੜਾ ਹੁੰਦਾ ਨਾ ਸਾਡਾ ਉਹ ਇੰਨਾ ਕੁ ਜ਼ਿਆਦਾ ਹੁੰਦਾ ਅਗਲੇ ਦੇ ਨਾਲ ਕਿ ਮਤਲਬ ਉਹਦੀ ਫੀਲਿੰਗ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ ਅਤੇ ਅਸੀਂ ਜਿਹੜੇ ਸਾਡੇ ਸਾਥੀ ਲੋਕ ਨਾ ਸਾਡੇ ਜਿੰਨੇ ਫਨਕਾਰ ਭਰਾ ਨੇ ਜੋ ਥੀਏਟਰ ਦੀ ਦੁਨੀਆ ਦੇ ਵਿੱਚ ਆ ਕੇ ਗਏ ਨੇ ਉਹਨਾਂ ਦੇ ਵਿੱਚ ਇੱਕ ਜਿਹੜੀ ਲੜਾਈ ਸੀ ਨਾ ਮੈਂ ਹਮੇਸ਼ਾ ਕਹਿੰਦਾ ਕਿ ਉਹਨੂੰ ਖਤਮ ਕਰੋ ਬੇਸ਼ ਦਿਲ 'ਚੋਂ ਰੰਜਿਸ਼ਾਂ ਕੱਢੋ ਇਕੱਲੇ ਇਕੱਲੇ ਹੋ ਕੇ ਮਰਨ ਨਾਲੋਂ ਬਿਹਤਰ ਹੈ ਕਿ ਇਕੱਠੇ ਹੋ ਕੇ ਜੀ ਲਓ ਐਸਾ ਹੀ ਠੀਕ ਹੈ ਨਾ ਕਦੂਰਤਾਂ ਦਿਲਾਂ 'ਚੋਂ ਕੱਢ ਕੇ ਇੱਕ ਦੂਜੇ ਨੂੰ ਮੰਨਣਾ ਸ਼ੁਰੂ ਕਰ ਦਿਓ ਤਾਰਕ ਜੀ ਸਾਹਿਬ ਕਹਿੰਦੇ ਹੁੰਦੇ ਸੀ ਮੰਨੋਗੇ ਤਾਂ ਮੰਨੇ ਜਾਓਗੇ ਨਹੀਂ ਮੰਨੋਗੇ ਤਾਂ ਤੁਹਾਨੂੰ ਵੀ ਕੋਈ ਨਹੀਂ ਮੰਨੇਗਾ ਕੋਈ ਨਹੀਂ ਮੰਨੇਗਾ